ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ ਉਹ ਫਲਾਣਾ ਹੋ ਗਿਆ ਯਾਰ ਕੋਈ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਕਰਨੀ ਚਾਹੀਦੀ ਹੈ ਕੁਝ ਥੋੜਾ ਜਿਹਾ ਕੁਝ ਸ਼ਰਮ ਦੇ ਤੋਂ ਹੱਥ ਮਾਰ ਲਓ ਯਾਰ ਕੋਈ ਕੀ ਮਤਲਬ ਉਹਨਾਂ ਲਈ ਗਲਤ ਜੋਕ ਬਣਾਏ ਜਾਂਦੇ ਨੇ ਇਹਨਾਂ ਰਾਈਜ਼ ਲਈ ਵੀ ਪਿੰਡ ਨਹੀਂ ਬਣ ਦੇਣਾ ਜਾਂ ਇਹਨਾਂ ਤੋਂ ਦੂਰ ਰਹੋ ਔਰ ਅ ਇੱਕ ਕੱਲ ਕਿਸੇ ਨੇ ਮਨਿਸਟਰ ਨੇ ਹੁਣ ਮੈਂ ਨਾ ਨਹੀਂ ਲਊਂਗਾ ਕਰਕੇ ਉਹਨਾਂ ਨੇ ਲਹਿਤਾ ਕਿ ਐਨ ਆਰ ਆਈ ਦੇ ਪਾਸਪੋਰਟ ਜਿਹੜੇ ਉਹ ਕੈਂਸਲ ਕਰ ਦੇਣੇ ਚਾਹੀਦੇ ਕਰ ਦੇਾਂਗੇ ਜੋ ਬਾਹਰ ਨਹੀਂ ਨਿਕਲੇ ਜਾਂ ਕੁਝ ਨਹੀਂ ਹੋਇਆ ਐਨ ਆਰ ਆਈ ਹਰ ਕਮਾਲ ਦੀ ਗੱਲ ਹੈ ਜੇ ਉਹ ਸਾਰਿਆਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੋਗੀ ਕਿਸੇ ਇੱਕ ਅੱਦੇ ਬੰਦੇ ਨੂੰ ਪ੍ਰੋਬਲਮ ਹੋ ਸਕਦੀ ਉਹ ਤੁਹਾਨੂੰ ਵੀ ਹੋ ਸਕਦੀਂ ਡਿਆਲ ਉਹ ਤੇ ਤੁਹਾਨੂੰ ਜ਼ਰੂਰੀ ਤਾਂ ਨਹੀਂ ਕਿ ਫੋਰਨ ਚ ਜਾਣ ਕੇ ਹੀ ਹੋਣੀ ਹੈ ਇੱਦਾਂ ਇੱਕ ਤੁਸੀਂ ਲੋਕ ਵੀ ਇੰਡੀਆ ਦੇ ਕਿੰਨੇ ਲੋਕ ਜਿਹੜੇ ਚਾਈਨਾ ਨਾਲ ਬਿਜ਼ਨਸ ਕਰਦੇ ਨੇ ਜਿਹੜੇ ਮਤਲਬ ਤੁਸੀਂ ਉੱਥੇ ਚਾਇਨਾ ਨਾਲ ਜਾਂਦੇ ਆ ਜਾਂ 에어ਪੋਰਟਾਂ ਤੇ ਜਾਂਦੇ ਆ ਜਦੋਂ 에어ਪੋਰਟ ਤੇ ਜਾਂਦੇ ਆ ਇੱਕ ਦੂਸਰੇ ਤੋਂ ਕੁਝ ਨਾ ਕੁਝ ਪ੍ਰੋਬਲਮ ਹੋ ਸਕਦੀ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਪਰ ਕਿਸੇ ਇੱਕ ਬੰਦੇ ਨੂੰ ਕਹਿਣਾ ਜਾਂ ਐਨਆਰਆਈਜ਼ ਨੂੰ ਹੀ ਕਹਿਣਾ ਕਿ ਨੇ ਇਹਨਾਂ ਕਰਕੇ ਪੰਜਾਬ ਦੇ ਵਿੱਚ ਪ੍ਰੋਬਲਮ ਹੋਈ ਹੈ ਜਾਂ ਇੰਡੀਆ 'ਚ ਇਹਨਾਂ ਕਰਕੇ ਪ੍ਰੋਬਲਮ ਹੋਈ ਹੈ ਬਹੁਤ ਘਟੀਆ ਗੱਲ ਹੈ ਬਹੁਤ ਮਾੜੀ ਗੱਲ ਹੈ ਮੈਂ ਤਾਂ ਬਹੁਤ ਖੰਡਨ ਕਰੂੰਗਾ ਇਹਦਾ ਬਹੁਤ ਗਲਤ ਕਹੂੰਗਾ ਇਹਨੂੰ ਕਿ ਐਨਆਰ ਜਿਹੜੇ ਆ ਐਨਆਰਆਈ ਜਿਹੜੇ ਉਹ ਸਾਰੇ ਨਹੀਂ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਜਾਂ ਕੁਝ ਹੋ ਗਿਆ ਜਾਂ ਕਿਸੇ ਨੂੰ ਉੱਥੋਂ ਇੰਡੀਆ ਤੋਂ ਵੀ ਲੈ ਸਕਦਾ ਉਹ ਬਿਮਾਰੀ। ਸੋ ਬਹੁਤ ਕੇਅਰਫੁਲ ਹੋ ਕੇ ਰਹੋ ਔਰ ਐਨਆਰਆਈ ਜਿੱਥੇ ਅਸੀਂ ਹੁਣ ਜਿੱਥੇ ਇੱਥੇ ਫੋਰਨ ਦੇ ਵਿੱਚ ਕੋਈ ਵੀ ਬਜ਼ੁਰਗ ਹੈ ਜਾਂ ਕੋਈ ਬੰਦਾ ਇਕੱਲਾ ਉਹਨੂੰ ਲੋਕਾਂ ਦੀ ਉਹਨੂੰ ਫੂਡ ਪਚਾ ਰਿਆ ਨੇ ਜਾਂ ਕੁਝ ਵੀ ਆ ਮੈਂ ਬੇਨਤੀ ਕਰੂੰਗਾ ਕੋਈ ਵੀ ਐਨਆਰਆਈ ਨੂੰ ਕੋਈ ਗਲਤ ਬੰਦਾ ਨਾਲ ਕੋਈ ਗੱਲ ਕਹੇ ਔਰ ਜੇ ਕੋਈ ਬਜ਼ੁਰਗ ਜਾਂ ਕੋਈ ਕਿਸੇ ਤਰ੍ਹਾਂ ਵੀ ਉਹ ਕਿਸੇ ਨੂੰ ਕਿਸੇ ਨੂੰ ਕੋਈ ਹੈਲਪ ਚਾਹੀਦੀ ਆ ਉੱਥੇ ਜਾ ਕੇ ਉਹਦੀ ਹੈਲਪ ਕਰੋ। ਤੁਸੀਂ ਐਡੀ ਛੇਤੀ ਉਹਨੂੰ ਮਤਲਬ ਉਹਦੇ ਤੋਂ ਨਹੀਂ ਲੈ ਸਕਦੇ ਸੋ ਪਲੀਜ਼ ਪਲੀਜ਼ ਇਹ ਬਹੁਤ ਗਲਤ ਗੱਲ ਆ ਅਸੀਂ ਐਨ ਆਰ ਆਈਜ਼ ਨੇ ਬਹੁਤ ਕਿੰਨੇ ਹੁੰਦੇ ਆ ਮਿਹਨਤਾਂ ਦੇ ਨਾਲ 15 15 18 18 ਘੰਟੇ ਕੰਮਕਾਰ ਕਰਕੇ ਪੰਜਾਬ ਨੂੰ ਬਹੁਤ ਖੂਬਸੂਰਤ ਬਣਾਇਆ ਬਹੁਤ ਪੰਜਾਬ ਦੀ ਹੈਲਪ ਕੀਤੀ ਆ ਬਹੁਤ ਪੰਜਾਬ ਦੇ ਸਾਰੇ ਕੰਮ ਕੀਤੇ ਨੇ ਔਰ ਤੁਸੀਂ ਹੁਣ ਐਨ ਆਰ ਆਈਜ਼ ਬਾਰੇ ਕੋਈ ਗਲਤ ਨਹੀਂ ਗੱਲ ਕਹਿਣੀ ਪਲੀਜ਼ ਤੁਹਾਡੇ ਭੈਣ ਭਰਾ ਨੇ ਸਾਰੇ ਔਰ ਜਿਹੜੇ ਤੁਹਾਡੇ ਬੱਚੇ ਇੱਥੇ ਨੇ ਤੁਹਾਡੇ ਹੋਰ ਪਰਿਵਾਰ ਇੱਥੇ ਬਾਹਰ ਨੇ ਜਿਹੜੇ ਪੱਕੇ ਨਹੀਂ ਆ ਉਹ ਐਨਆਰਆਈਸ ਵੀ ਉਹਨਾਂ ਦੀ ਬਹੁਤ ਮਦਦ ਕਰ ਰਹੇ ਨੇ ਹੁਣ ਉਹਨਾਂ ਕੋ ਹੁਣ ਪੈਸੇ ਨਹੀਂ ਆ ਉਹਨਾਂ ਕੋ ਬੱਚਿਆਂ ਕੋ ਘਰ ਨਹੀਂ ਹੈ ਉਹਨਾਂ ਦੀ ਬਹੁਤ ਮਦਦ ਕਰ ਰਹਾ ਤੁਸੀਂ ਵੀ ਮਤਲਬ ਜਿਹੜੇ ਆ ਉਹ ਐਨਆਰਆਈ ਦੀ ਮਦਦ ਕਰੋ ਬਜਾਏ ਉਹਨਾਂ ਨੂੰ ਕੋਈ ਤਾਨੇ ਮੇਨੇ ਜਾਏ ਪਿੰਡ 'ਚ ਨਹੀਂ ਵੱਢ ਸਕਦੇ ਜਾਏ ਕੋਈ ਫਲਾਨਾ ਨਹੀਂ ਹੋ ਸਕਦਾ ਬਹੁਤ ਗਲਤ ਗੱਲ ਆ ਬਹੁਤ ਗਲਤ ਗੱਲ ਆ ਅਸੀਂ ਸਾਡੇ ਜਿੰਨੇ ਵੀ ਐਨਆਰਆਈ ਵੀ ਇੱਥੇ ਪੰਜਾਬ ਚ ਕੈਨੇਡਾ ਤੋਂ ਮੈਨੂੰ ਪਤਾ ਲੱਗਿਆ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਿਉਂਕਿ ਫਲਾਈਟਾਂ ਕੈਂਸਲ ਹੋ ਗਈਆਂ ਉਹ ਕਿਤੇ ਜਾ ਨਹੀਂ ਸਕਦੇ ਤੇ ਵੈਸੇ ਵੀ ਕਿਉਂਕਿ ਇੰਨੇ ਖਤਰਨਾਕ ਮਾਹੌਲ ਦੇ ਵਿੱਚ ਜਿਹਦਾ ਆਧਾ ਪਰਿਵਾਰ ਇੰਡੀਆ ਚ ਬੈਠਾ ਜਿਹੜੇ ਜਾ ਕੇ ਉੱਥੇ ਇੰਡੀਆ ਫਸ ਗਏ ਨੇ ਔਰ ਬਾਕੀ ਦਾ ਪਰਿਵਾਰ ਜਿਹੜਾ ਇੱਥੇ ਬਾਹਰ ਬੈਠਾ ਉਹ ਦੋਨਾਂ ਪਰਿਵਾਰਾਂ ਨੂੰ ਕਿੰਨੀ ਟੈਨਸ਼ਨ ਹੋਊਗੀ ਕਿ ਕਦੋਂ ਆਉਣਗੇ ਕਿੰਨੀ ਚਿੰਤਾ ਦੀ ਗੱਲ ਵਿਸ਼ਾ ਆ ਇਹ ਔਰ ਤੁਸੀਂ ਉਤੋਂ ਮਤਲਬ ਉਹਨਾਂ ਨੂੰ ਤਾਨੇ ਮੇੜੇ ਮਾਰ ਰਹੇ ਆ ਇਹ ਬਹੁਤ ਗਲਤ ਗੱਲ ਆ ਬਹੁਤ ਫੋਟਮਾਂ ਲੱਗ ਰਹੀਆਂ ਬਹੁਤ ਆ ਕਿਸੇ ਨੇ ਗੀਤ ਪਾ ਦਿੱਤਾ ਕਿ ਉਹ ਬੰਦਾ ਕਿੱਥੇ ਗਵਾਚ ਗਿਆ ਉਹ ਫਲਾਣਾ ਹੋ ਗਿਆ ਯਾਰ ਕੋਈ ਕਲਾਕਾਰਾਂ ਨੂੰ ਵੀ ਸਾਨੂੰ ਅਕਲ ਕਰਨੀ ਚਾਹੀਦੀ ਆ ਕੁਝ ਥੋੜਾ ਜਿਹਾ ਕੋਈ ਸ਼ਰਮ ਦੇ ਤੋਂ ਹੱਥ ਮਾਰ ਲਓ ਯਾਰ ਕੋਈ ਤੁਸੀਂ ਬਿਮਾਰੀਆਂ ਦੇ ਗੀਤ ਬਣਾਉਣੇ ਸ਼ੁਰੂ ਕਰ ਦਿੱਤੇ ਬਹੁਤ 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 ਘਟੀਆ ਗੱਲ ਹੈ ਯਾਰ ਬਹੁਤ ਘਟੀਆ ਗੱਲ ਹੈ ਪਲੀਜ਼ ਮੈਂ ਤਾਂ ਕਹਿੰਦਾ ਕਿਸੇ ਨੂੰ ਐਸ ਟਾਈਮ ਦੇ ਵਿੱਚ ਗੀਤ ਰਿਲੀਜ਼ ਹੀ ਨਹੀਂ ਕਰਨਾ ਚਾਹੀਦਾ ਕੋਈ ਵੀ ਲੋਕ ਇੰਨੀ ਪ੍ਰੋਬਲਮ ਚ ਬੈਠੇ ਨੇ ਲੋਕ ਰੱਬ ਰੱਬ ਕਰ ਰਹੇ ਨੇ ਲੋਕ ਵਾਹਿਗੁਰੂ ਦਾ ਨਾਮ ਲੈ ਰਹੇ ਨੇ ਤੁਸੀਂ ਗੀਤ ਰਿਲੀਜ਼ ਕਰ ਰਹੇ ਆ ਬਹੁਤ 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 ਅਫਸੈਟ ਵਾਲੀ ਗੱਲ ਹੈ ਇਹ ਇੱਕ ਤਾਂ ਉਤੋਂ ਬਹੁਤ ਖਤਰਨਾਕ ਬਿਮਾਰੀ ਨਾਲ ਸਾਰੇ ਯੂਜ਼ ਰਹੇ ਨੇ ਸਾਰਿਆਂ ਦੀ ਮੌਤ ਜਿਹੜੀ ਕਹਿੰਦੇ ਨੇ ਸਿਰ ਤੇ ਮਡਰਾ ਰਹੀ ਕੁ ਸ਼ਰਮ ਹਿਆ ਕਰੋ ਕੀਟਕੂਤ ਕੋਈ ਵੀ ਕੱਢਣ ਦੀ ਬਜਾਏ ਕੋਈ ਰੱਬ ਦਾ ਨਾਮ ਕਰ ਲਵੋ ਕੋਈ ਅੰਦਰ ਬੜ ਕੇ ਬੈਠ ਜਾਓ ਥੋੜਾ ਜਿਹਾ ਅਕਲ ਨੂੰ ਹੱਥ ਮਾਰੀਏ ਥੋੜਾ ਜਿਹਾ ਅਕਲ ਮੱਥ ਮਾਰੀਏ ਸਾਰੀ ਗੱਲ ਜਿਹੜੀ ਜੋਗ ਚ ਨਹੀਂ ਹੁੰਦੀ ਹਰ ਗੱਲ ਜਿਹੜੀ ਉਹ ਇਹ ਨਹੀਂ ਹੈਗਾ ਕਿ ਤੁਸੀਂ ਹਰੇਕ ਤਰ੍ਹਾਂ ਦਾ ਕੋਈ ਜੋਕ ਬਣਾਉਣਾ ਸ਼ੁਰੂ ਕਰ ਦਿਓ ਕੁਝ ਗੱਲਾਂ ਸੀਰੀਅਸ ਵੀ ਹੋਣੀਆਂ ਚਾਹੀਦੀਆਂ ਕੁਝ ਗੱਲਾਂ ਸਾਨੂੰ ਬਹੁਤ ਸਹਾ ਸੋਚ ਸਮਝ ਕੇ ਗੱਲਾਂ ਕਰਨੀਆਂ ਚਾਹੀਦੀਆਂ ਅਸੀਂ ਸੁੱਤੇ ਉੱਠਦੇ ਹਾਂ ਸਵੇਰੋਂ ਸ਼ਾਮ ਇਹ ਪੰਜਾਬ ਚ ਹੜ ਆ ਗਿਆ ਪੰਜਾਬ ਚ ਕੋਈ ਪ੍ਰੋਬਲਮ ਆ ਗਈ ਪੰਜਾਬ ਚ ਕੋਈ ਸੋਕਾ ਪੈ ਗਿਆ ਪੰਜਾਬ ਕੋਈ ਇੰਡੀਆ ਚ ਭਚਾਲ ਆ ਗਿਆ ਇੰਡੀਆ ਦਾ ਕੁਫਲਾਨਾ ਹੋ ਗਿਆ ਟੀਕੜਾ ਹੋ ਗਿਆ ਇੱਥੋਂ ਲੋਕ ਪੈਸੇ ਕਿੰਨੇ ਕਿੰਨੇ ਇਕੱਠੇ ਕਰ ਕਰਕੇ ਐਨ ਆਰ ਆਈਸ ਭੇਜਦੇ ਨੇ ਤੁਸੀਂ ਐਨ ਆਰ ਆਈਜ਼ ਦੀ ਹੈਲਪ ਕਰੋ ਉਹਨਾਂ ਦੀ ਬਹੁਤ ਰਿਸਪੈਕਟ ਕਰੋ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈਗਾ ਐਨ ਆਰ ਆਈ ਦਾ ਹਰੇਕ ਬੰਦਾ ਹੀ ਨਹੀਂ ਹੈਗਾ ਕੋਈ ਇਫੈਕਟਡ ਕਿ ਉਹਨੂੰ ਕੋਰੋਨਾ ਹੀ ਆ ਉਹਨੂੰ ਐਡੀ ਨਫ਼ਰਤ ਦੇ ਨਾਲ ਜਾਂ ਐਡੀਆਂ ਗੱਲਾਂ ਗਲਤ ਨਾ ਗੱਲਾਂ ਕਰੋ ਔਰ ਦੂਜੀ ਗੱਲ ਇਹ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਉਹਦਾ ਉਹਨਾਂ ਦਾ ਵੀ ਸਾਥ ਦਿਓ ਪੰਜਾਬ ਦੇ ਵਿੱਚ ਅਸੀਂ ਦੇਖੋ ਫੇਰ ਵੀ ਫਿਕਰਮੰਦ ਆ ਮੋਦੀ ਸਾਹਿਬ ਨੇ ਫੂਡ ਦੀਆਂ ਦੁਕਾਨਾਂ ਜਾਂ ਦੂਸਰੀਆਂ ਜਿਹੜੀਆਂ ਉਹ ਖੋਲ੍ਹਣੀਆਂ ਨਹੀਂ ਦਿੱਤੀਆਂ ਉਹ ਖੋਲ੍ਹਣੀਆਂ ਚਾਹੀਦੀਆਂ ਨੇ ਅਸੀਂ ਤਾਂ ਦੇ ਲਈ ਫੇ ਵੀ ਫਿਕਰਮੰਦ ਫੂਡ ਤਾਂ ਹੋਣਾ ਚਾਹੀਦਾ ਬੰਦੇ ਕੋਲ ਇੱਥੇ ਇੰਗਲੈਂਡ 'ਚ ਹੁਣ ਸਾਡੇ ਵੀ ਇੱਥੇ ਸਾਰਾ ਲਾਕਡਾਊਨ ਕੀਤਾ ਆ ਲੇਕਿਨ ਫੂਡ ਦੀਆਂ ਜਿਹੜੀਆਂ ਦੁਕਾਨਾਂ ਨੇ ਵੱਡੇ ਵੱਡੇ ਸਟੋਰ ਨੇ ਉਹ ਖੁੱਲੇ ਨੇ ਤੁਸੀਂ ਜਾ ਕੇ ਫੂਡ ਲੈ ਸਕਦੇ ਹੋ ਤੁਸੀਂ ਟੱਚ ਨਹੀਂ ਕਰਨਾ ਇੱਕ ਦੂਜੇ ਨੂੰ ਇੱਕ ਦੂਸਰੇ ਤੋਂ 1 ਮੀਟਰ ਪਰੇ ਰਹਿਣਾ ਇਹ ਕੋਈ ਆਈਡੀ ਨਹੀਂ ਹੈਗੀ ਬਿਮਾਰੀ ਕਿ ਜਿਹੜੀ ਤੁਹਾਡੇ ਉੱਤੇ ਹੀ ਬਿਲਕੁਲ ਡਿਗਣ ਲੱਗੀ ਹੈ। ਥੋੜਾ ਖਿਆਲ ਰੱਖੋ। ਬਾਕੀ ਕਿਸੇ ਬਾਰੇ ਕੋਈ ਨਫ਼ਰਤ ਵਾਲੀ ਗੱਲ ਨਹੀਂ ਕਰਨੀ। ਮੈਂ ਕਿਸੇ ਦੇ ਵਰਕਲੌਫ ਨਹੀਂ ਹੈਗਾ ਪਰ ਤੁਸੀਂ ਅ ਕਿਸੇ ਦੇ ਵੀ ਕਿੰਦੇ ਹੁੰਦੇ ਵੀ ਕੋਈ ਵਰਕਲੌਫ ਗੱਲ ਨਹੀਂ ਕਰਨੀ। ਸਾਰਿਆਂ ਦੀ ਮਦਦ ਕਰਨੀ ਆ। ਕੋਈ ਐਨਆਰਆ ਫਸਿਆ ਹੋ ਸਕਦਾ ਸਾਡੇ ਵਰਗਾ ਕਿ ਜਿਹੜਾ ਕੱਲਾ ਸੀਗਾ ਉਹਦੀ ਹੁਣ ਰੋਟੀ ਪਾਣੀ ਕੌਣ ਕਰੂਗਾ? ਹੋਟਲ ਵੀ ਜਿਹੜੇ ਆ ਉਹ ਉਹ ਹੋਟਲ ਜਿਹੜੇ ਉਹ ਵੀ ਬੰਦ ਹੋ ਗਏ। ਤੁਹਾਡਾ ਫਰਜ਼ ਮੰਦਾ ਉਹਨਾਂ ਦੀ ਹੈਲਪ ਕਰਨ ਦੀ ਫਾਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼ ਪਲੀਜ਼ ਸਬਸਕ੍ਰਾਈਬ ਆਰ ਚੈਨਲ ਫਾਰ 올 ਲੇਟੈਸਟ ਨੋਟੀਫਿਕੇਸ਼ਨ ਡੋਨਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ